ਦਾ ਜਿਹੜਾ ਸੈਮੀਨਾਰ ਹੈ ਸਾਡਾ ਕਾਲਜ ਦੇ ਵਿੱਚ ਲਗਾਇਆ ਜਾ ਰਿਹਾ ਸਾਡੀ ਸਮਾਜ ਸੇਵਾ ਸੈਲੀ ਦੇ ਸਰੋਤਾਂ ਵੱਲੋਂ ਅਸੀਂ ਨਸ਼ਿਆਂ ਦੇ ਸੈਮੀਨਾਰ ਕਰਾਉਣੇ ਆ ਇਸ ਤਰ੍ਹਾਂ ਇਹ ਸਾਡਾ ਪੰਜਵਾਂ ਸੈਮੀਨਾਰ ਹੈ ਵੱਖ ਵੱਖ ਸਕੂਲਾਂ ਕਾਲਜਾਂ ਦੇ ਵਿੱਚ ਅਸੀਂ ਕਰਾਉਣੇ ਹਾਂ ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਨਸ਼ਿਆਂ ਤੋਂ ਰਹਿਤ ਕੀਤਾ ਜਾ ਸਕੇ ਔਰ ਨਸ਼ਿਆਂ ਤੋਂ ਮੋੜਿਆ ਜਾ ਸਕੇ ਕਿਉਂਕਿ ਜਿਹੜਾ ਆਮ ਵਿਅਕਤੀ ਨਸ਼ੇ 'ਤੇ ਲੱਗ ਚੁੱਕਾ ਹੈ ਪੱਕ ਚੁੱਕਾ ਹੈ ਉਹਨੂੰ ਮੋੜਨਾ ਬਹੁਤ ਔਖਾ ਹੈ ਕਿਉਂਕਿ ਸਾਡੀ ਸੈਲੀ ਨੇ ਇਹ ਸੋਚ ਬਣਾਈ ਹੈ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹਨੂੰ ਇਸ ਚੀਜ਼ ਬਾਰੇ ਪਤਾ ਨਹੀਂ ਉਹਨੂੰ ਇਸ ਚੀਜ਼ ਬਾਰੇ ਜਾਗਰੂਕ ਕਰਕੇ ਦੱਸਿਆ ਜਾਵੇ ਕਿ ਨਸ਼ੇ ਇੱਕ ਸਰੀਰ ਵਾਸਤੇ ਬਹੁਤ ਮਾੜੀ ਚੀਜ਼ ਹੈ ਜਿਹੜੀ ਡਰੱਗ ਹੈ ਜਾਂ ਕੋਈ ਵੀ ਇਹੋ ਜਿਹਾ ਜ਼ਹਿਰੀਲਾ ਨਸ਼ਾ ਹੈ ਉਹ ਬਹੁਤ ਮਾੜਾ ਹੈ ਸਾਡੇ ਸਿਹਤ ਵਾਸਤੇ ਸਾਡੇ ਸਮਾਜ ਵਾਸਤੇ ਔਰ ਸਾਡੇ ਮੁਲਕ ਵਾਸਤੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨਾ ਤਾਂ ਸਾਡੀ ਸਿਹਤ ਨੂੰ ਉੱਪਰ ਉੱਠਣ ਦੇਣਗੇ ਨਾ ਸਾਡੇ ਸ਼ਹਿਰ ਨੂੰ ਨਾ ਸਾਡੇ ਦੇਸ਼ ਨੂੰ ਨਾ ਸਾਡੇ ਸਮਾਜ ਨੂੰ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਨਵੀਂ ਜਿਹੜੀ ਪੀੜ੍ਹੀ ਹੈ ਸਾਡੀ ਉਹ ਨਸ਼ਿਆਂ ਤੋਂ ਰਹਿਤ ਹੋਵੇ ਔਰ ਨਸ਼ਿਆਂ ਤੋਂ ਰਹਿਤ ਉੱਪਰ ਉੱਠ ਕੇ ਅਤੇ ਸਾਡਾ ਜਿਹੜਾ ਚੰਗਾ ਸਮਾਜ ਹੈ ਉਹਨੂੰ ਵਧੀਆ ਸੇਫ ਔਰ ਚੰਗਾ ਸਮਾਜ ਸਿਰ ਸਕੇ ਸਾਡਾ ਮੁਲਕ ਚੰਗਾ ਬਣ ਸਕੇ ਔਰ ਇਹਨਾਂ ਦੇ ਵਿੱਚੋਂ ਉੱਠ ਕੇ ਕਿਸੇ ਨੇ ਅਸਤਰ ਬਣਨਾ ਕਿਸੇ ਨੇ ਕੋਈ ਚੀਜ਼ ਬਣਨਾ ਕਿਸੇ ਨੇ ਪੋਲੀਟਿਕਸ ਬਣਨਾ ਕਿਸੇ ਨੇ ਕੁਛ ਬਣਨਾ ਕਿਉਂਕਿ ਜੇ ਇਹਨਾਂ ਚੀਜ਼ਾਂ ਤੋਂ ਇਹ ਉੱਪਰ ਉੱਠਣਗੇ ਤਾਂ ਅਸੀਂ ਸੋਚਦੇ ਹਾਂ ਕਿ ਸਾਡੀ ਇਹ ਜਿਹੜੀ ਕੈਂਪ ਲਾਇਆ ਉਹ ਸਫਲ ਹੋਊਗਾ ਜੇ ਇਹਨਾਂ ਚੀਜ਼ਾਂ ਦੇ ਬੱਚੇ ਦਸਵੀਂ ਅਮਲ ਕਰਕੇ ਅਤੇ ਆਪਦੇ ਪੇਰੈਂਟਸ ਨੂੰ ਮੋੜਨਗੇ ਆਪਦੇ ਕਿਸੇ ਸਾਥੀ ਨੂੰ ਮੋੜਨਗੇ ਅੱਗੇ ਅਸੀਂ ਕਈ ਕਾਲਜਾਂ ਦੇ ਵਿੱਚ ਲਾਇਆ ਸਾਨੂੰ ਬੜਾ ਨੌਜਵਾਨ ਪੀੜ੍ਹੀ ਨੂੰ ਹੁੰਗਾਰਾ ਮਿਲਿਆ ਉਹ ਕੋਲ ਸਾਨੂੰ ਦੱਸ ਰਿਹਾ ਵੀ ਨਸ਼ਾ ਕਿੱਥੇ ਮਿਲਦਾ ਜਾਂ ਕਿਹੜਾ ਸਾਡਾ ਸਾਥੀ ਕਰ ਰਿਹਾ ਜਾਂ ਇਹਨੂੰ ਕਿੱਥੋਂ ਇਹ ਚੀਜ਼ ਸ਼ੁਰੂ ਹੁੰਦੀ ਹੈ ਉਹਦੇ ਨੇ ਫਿਰ ਅਸੀਂ ਸਰਕਾਰ ਨਾਲ ਡਿਸਕਸ ਕਰਦੇ ਵੀ ਇਹਨਾਂ ਚੀਜ਼ਾਂ ਦੇ ਇਸ ਤਰ੍ਹਾਂ ਸਾਨੂੰ ਨੌਜਵਾਨ ਪੀੜ੍ਹੀ ਤੋਂ ਸਿਹਤ ਮਿਲਦੀ ਹੈ ਤੇ ਤੁਸੀਂ ਇਹਨੂੰ ਰੋਕੋ अपने पंजाब विच नशा दा वध रहा है जिहदे विच के शराब सब तों पहला आ जाती है फिर तंबाकू हो गया वो स्मैक्स वगैरह और बहुत जिहड़े इंजैक्शन वगैरह लगाउंदे आ वो सारा कुछ जो है वो इहदे विच आउंदा दूसरे जिस तरह तंबाकू है अपने मूँह दे विच कैंसर वगैरह इस तरह करके सारे ऑर्गन जो है इनवॉल्व हो जाते हैं तो इस तरह इनवॉल्व होने का बंदा हौली हौली करके पहला बीमार होंदा है फिर मंजे ते पैंदा है तो फिर उस तों बाद उहदी डैथ हो जाती है तो उसका जो अ परिवार में जो लॉस होंगे वह कदम आप पूरा नहीं कर सकते इस करके असं सारे बच्चों इस सैमीनार अजि टॉपिक चलेगा कि अपने ड्रग्स जो है जान वास्ते खतरा है उन्होंने तो दूर रहन और अपनी जिंदगी चंगे तरीके का बिता नंबर दो जो भ्रूण हत्या बारे असं भी सैमीनार जो है करवा रहे हैं असं भी कॉलेज के सैमीनार करवाने हैं एक साडा हो चुका है टीचर्स की जी उपमा है बहुत उच्ची की गई है कि गुरु गोविंद दोनों खड़े कांके लागू पारो बलहाली गुरु अपने जिस गोविंद भी बुलाए कि परमात्मा नूं भी एक असी पाउणा है साडे सिविल सर्जन मैम छड़ के गए फीमेल पीटी साइड से मैं उस पर थोड़ा जा शुरू करांगा कि समाज के विच अपने लड़कियां की गिनती घट रही है एक हजार के पिछे जो 895 की गिनती रह गई है पर कई जिले इनकी प्रोग्रेस हुई है और इंप्रूवमेंट भी हुई है जिस तरह जलंधर है हुशियारपुर है नवा शहर है डॉक्टर साहब नवा शहर सिविल सर्जन रह के आए हैं इन्होंने उत्थे भी बड़ी मेहनत की थी और उत्थे भी लड़कियां की गिनती जी है वह समाज के लिए वधी प्रेस तो दूरदर्शन तो सैवन सी तो फास्ट वे तो
ਸ਼ਾਮ ਸੁੰਦਰ ਸ਼ਰਮਾ ਜੀ।